ਬ੍ਰੀਮਟਨ ਦੇ ਵਿੱਚ ਇੱਕ 33 ਸਾਲਾ ਪੰਜਾਬਣ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਪਛਾਣ 33 ਸਾਲਾ ਅਮਨਦੀਪ ਸੁਮੇਲ ਵਜੋ ਹੋਈ ਹੈ ਅਮਨਦੀਪ ਨੂੰ ਆਖਰੀ ਵਾਰ 7 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਬ੍ਰੀਮਲੀ ਰੋਡ ਤੇ ਪੀਟਰ ਰੌਬਸਟਨ ਬੁਲੇਵਾਰਡ ਇੰਟਰਸੈਕਸ਼ਨ ਕੋਲੋਂ ਚਿੱਟੇ ਰੰਗ ਦੀ Honda SUV ਚੋਂ ਲੰਘਦੇ ਦੇਖਿਆ ਗਿਆ ਸੀ ਇਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਲੱਗਿਆ